ਕੋਬਰਾ ਗੋਂਦਣਾ ਵਾਲਾ ਜੀ ਮਸ਼ਹੂਰ ਹੈ ਅਤੇ ਇੱਕ ਮੈਚ ਅੱਗੇ ਵਧਿਆ ਕਿੰਨੇ ਮੀਟਰ 66 ਮਿੰਟਾਂ 'ਚ ਕਿਹੜੇ ਗਰੁੱਪ ਵੱਲੋਂ ਪਾਕ ਸ਼ਹੀਨ ਵੱਲੋਂ ਅਤੇ ਅੱਜ ਕਿਹੜੇ ਪਾਸਿਓਂ ਵੱਖਰੇ ਮੰਡੀ ਬਾਵਲ ਦੀਨ ਤਾਰਕ ਮੀਰ ਗੋਂਦਲ ਸਾਹਿਬ ਜਨਾਬ ਉਹਨਾਂ ਦੀ ਤਰਫੋਂ ਜਨਾਬ 31 ਹੈ ਸੋਹਣਾ ਜਾਨਵਰ ਹੈ ਜੀ 31 ਤੋਂ ਜ਼ਿਆਦਾ ਹੈ अस्सलाम वालेकुम अंकल, मुझे उम्मीद है कि आप लोग बिल्कुल ठीक होंगे। तो हमारे वीडियो को लाइक करें, सब्सक्राइब करें और बेल की घंटी को क्लिक करें। बहुत बहुत शुक्रिया। आप हमारे वीडियो देखते पर लाइक एंड सब्सक्राइब नहीं करते तो हमारे वीडियो को लाइक एंड सब्सक्राइब करें। बहुत बहुत शुक्रिया। ਕਾਨੂੰ ਅਨਵਾੜ ਛੜੇ ਨਿੱਕੇ ਨੇ ਦੱਸ ਛੜਿਆ ਯਾਰ, ਗਲਤੀ ਹੋ ਗਈ ਸਾਡੇ ਕੋਲੋਂ, ਅਸੀਂ ਆਪਣੇ ਪਿੰਡ ਦੇ ਨਾਈ ਕੋਲ ਵਡਾਏ ਨੇ। ਅਜਾਜ ਕੀ ਨੇ ਸਾਡਾ ਉਸਤਾਦ ਆਈ ਅਜਾਜ, ਅੱਗੇ ਬਾਲਾਂ ਦੀਆਂ ਸੁਣਤਾ ਕਰਦਾ ਸੀ ਜੀ, ਹੁਣ ਉਹ ਕੰਨ ਵਡਾਉਣ ਲੱਗੇ ਨੇ ਉਹਨਾਂ ਨੇ। ਅੱਛਾ ਆਂਦੇ ਨੇ ਜਾਣ ਕੇ ਨਹੀਂ ਵੱਡੇ। ਅੱਛਾ ਉਹ ਫਿਰ ਕਿਸੇ ਕੋਈ ਚੱਕਰ ਤੇ ਨਹੀਂ ਵੱਡੇ ਤੁਹਾਡੇ ਕੰਨ? ਤੁਸੀਂ ਕਤੂਰਾ ਨਹੀਂ ਦਿੱਤਾ। ਕੋਬਰਾ ਮੰਡੀ ਵਾਲਾ, ਕੋਬਰਾ ਮੰਡੀ ਵਾਲਾ ਅੱਗੇ ਵੀ ਅਸੀਂ ਨੂੰ ਬਣਾਈ ਇੱਕ ਵਾਰ ਪੈ, ਪਿਛਲੇ ਸਾਲ ਹੈ ਨਾ, ਕੋਈ ਬਣੀ ਹੈ। ਅੱਛਾ ਅੱਛਾ ਕੋਬਰਾ ਜੀ ਮੰਡੀ ਵਾਲਾ ਆਊਟ ਕਲਾਸ ਜਾਨਵਰ ਜੀ, ਕਮਾਲ ਹੈ ਜੀ। ਤੁਹਾਡਾ ਕੀ ਨਾਂ ਹੈ ਆਪਣਾ? ਚੌਧਰੀ ਦਾਨਿਸ਼ ਗੋਂਦਲ ਸਾਹਿਬ। ਇਹਨੇ ਇੰਝ ਐਕਟਿਵ ਹੋ ਜਾ ਕਰੋ, ਢਿੱਲਾ ਕਿਉਂ ਹੋਇਆ ਇੱਥੇ? ਹੈ ਮੇਰੇ ਵੱਲੋਂ ਵੇਖੋ ਤਸਵੀਰ ਤੁਹਾਡੀ ਨਿਕਲੇ ਵਿੱਚੋਂ। ਵਾਹ ਜੀ ਵਾਹ, ਕਮਾਲ ਹੈ ਜੀ। ਕੋਬਰਾ ਜੀ ਮੰਡੀ ਵਾਲਾ ਬਜੇ ਪਿਛੋਂ ਥੋੜ੍ਹਾ ਜਿਹਾ ਇੱਥੇ। ਇਹ ਕਿੰਨੇ ਕੁ ਮੈਚ ਲੜੇ ਆ ਪਹਿਲੇ? ਅੱਛਾ 6 ਮਿੰਟਾਂ 'ਚ ਵਿਨ ਹੋਇਆ ਜੀ ਪਾਕ ਸ਼ਹੀਨ ਗਰੁੱਪ ਦੀ ਤਰਫੋਂ ਇੱਕ ਮੈਚ ਲੜਿਆ। ਤੁਹਾਡਾ ਕੀ ਨਾਂ ਹੈ? ਬਿਲਾਲ ਗੋਂਦਲ ਸਾਹਿਬ। ਤੁਹਾਡਾ ਨਹੀਂ ਕਿਹਾ ਤੁਹਾਡਾ? ਅਲੀ ਸੁਨੈਣ ਸਾਹਿਬ ਹੈ ਜੀ ਜਨਾਬ, ਜਾਨਵਰ ਨੂੰ ਲੈ ਕੇ ਆਏ ਨੇ ਅਤੇ ਬੜਾ ਅੱਛਾ ਜਾਨਵਰ ਹੈ ਜੀ। ਨਾਂ ਇਹਦਾ ਕੀ ਦੱਸਿਆ ਜੀ? ਕੋਬਰਾ ਗੋਂਦਣਾ ਵਾਲਾ ਜੀ, ਕੋਬਰਾ ਗੋਂਦਣਾ ਵਾਲਾ ਜੀ ਮਸ਼ਹੂਰ ਹੈ ਅਤੇ ਇੱਕ ਮੈਚ ਅੱਗੇ ਵਧਿਆ ਕਿੰਨੇ ਮੀਟਰ? 66 ਮਿੰਟਾਂ 'ਚ ਕਿਹੜੇ ਗਰੁੱਪ ਵੱਲੋਂ? ਪਾਕ ਸ਼ਹੀਨ ਵੱਲੋਂ। ਅਤੇ ਅੱਜ ਕਿਹੜੇ ਪਾਸਿਓਂ? ਵੱਖਰੇ ਮੰਡੀ ਬਾਵਲ ਦੀਨ ਤਾਰਕ ਮੀਰ ਗੋਂਦਲ ਸਾਹਿਬ ਜਨਾਬ ਉਹਨਾਂ ਦੀ ਤਰਫੋਂ ਜਨਾਬ 31 ਹੈ। ਸੋਹਣਾ ਜਾਨਵਰ ਹੈ ਜੀ। 31 ਤੋਂ ਜ਼ਿਆਦਾ ਹੈ? ਥੋੜ੍ਹਾ ਜਿਹਾ ਵੀ ਹੋ ਜੀ ਇਸ ਸਾਈਡ ਵੀ, ਹਾਂ ਥੋੜ੍ਹਾ ਜਿਹਾ ਖੋਲੋ ਇੱਥੇ, ਕਿਉਂਕਿ ਸਾਰਾ ਨਜ਼ਰ ਆਉਂਦਾ ਨਜ਼ਰਾ, ਸ਼ਿਕਾਰੀਆਂ ਨੂੰ ਪਤਾ ਲੱਗੇ ਕੁੱਤਾ। ਕਮਾਲ ਹੈ ਜੀ। ਗੋਂਦਣਾ ਵਾਲਾ ਨਾਂ ਕੀ ਹੈ? ਕੋਬਰਾ ਗੋਂਦਣਾ ਵਾਲਾ ਜੀ। ਅਤੇ ਕਿਹੜਿਆਂ ਕੁੱਤਿਆਂ ਜੋ ਇਹ ਪਤਾ ਕੋਈ? ਅੱਛਾ ਪੱਠਾ ਲਿਆਉਂਦਾ ਸਾਡੇ ਬੱਚਾ। ਅੱਛਾ ਅੱਛਾ ਅੱਛਾ, ਨਹੀਂ ਹੈ ਚੰਗਾ ਹੈ। ਗੇਮ ਕੁੱਤੇ ਦੀ ਸੂ ਕਿਹੜੀ ਸੂ?
ਗਲੇ ਦੀ ਵੀ ਹੈ। ਅੱਛਾ ਥੱਲੇ ਆ ਕੇ ਫਿਰ ਗਲੇ 'ਤੇ ਆ ਜਾਂਦਾ ਕੋਬਰਾ ਜੀ ਗੋਂਦਲਾਂ ਵਾਲਾ ਜੀ। ਪਿਛਲੇ ਸਾਲ ਇੱਕ ਮੈਚ ਵਧਿਆ ਜੀ ਸ਼ਹੀਨ ਗਰੁੱਪ ਦੀ ਤਰਫੋਂ, ਅਤੇ ਅੱਜ ਜਨਾਬ ਮੰਡੀ ਬਾਬਲਦੀਨ ਮੌਜੂਦ, ਜਨਾਬ ਭਿੱਖੀ ਸ਼ਰੀਫ ਅਤੇ ਫਖਰੇ ਮੰਡੀ ਬਾਬਲਦੀਨ ਅਤੇ ਸਿਆਲਕੋਟ ਗਰੁੱਪ ਦਾ ਮੈਚ, ਅਤੇ ਫਖਰੇ ਮੰਡੀ ਬਾਬਲਦੀਨ ਗਰੁੱਪ ਵੱਲੋਂ ਜਨਾਬ ਇਹ ਗਰਾਊਂਡ 'ਚ ਮੌਜੂਦ ਹੈ ਤਾਰਕ ਮੀਰ ਗੋਂਦਲ ਸਾਹਿਬ ਦੀ ਤਰਫੋਂ ਜੀ। ਵਾਹ ਜੀ ਵਾਹ, ਕਿਆ ਬਾਤ ਹੈ, ਸੁਣਿਆ ਉਹ ਖੋਲੋਗੇ ਜ਼ਰਾ ਹੋਰ ਯੈਸ ਹੋ ਜਾਏਗਾ। ਵਾਹ ਜੀ ਵਾਹ, ਕਿਆ ਬਾਤ ਹੈ, ਆਊਟ ਕਲਾਸ ਜਾਨਵਰ ਹੈ ਜੀ, ਕਮਾਲ ਹੈ ਇੰਜ ਹੈ। ਇੱਥੇ ਖਿਲਾਰੋ ਜ਼ਰਾ, ਗੋਂਦਲਾਂ ਵਾਲਾ ਜੀ ਕੋਬਰਾ। ਵਾਹ ਕਿਆ ਬਾਤ ਹੈ, ਜਾਨਵਰ ਪਸੰਦ ਆਵੇ ਜਨਾਬ ਗੋਂਦਲਾਂ ਵਾਲਾ ਤਾਂ ਕਮੈਂਟ ਜ਼ਰੂਰ ਦਿਓ ਜੀ, ਕਿ ਸ਼ੌਕ ਸ਼ਿਕਾਰ ਕੈਸਾ ਇਹਨਾਂ ਦਾ। ਅੱਜ ਕੱਲ੍ਹ ਤੁਹਾਨੂੰ ਪਤਾ ਕੁੱਤਿਆਂ 'ਤੇ ਬੜੀ ਮਿਹਨਤ ਹੁੰਦੀ ਹੈ ਤਿਆਰੀ ਵਾਸਤੇ, ਤਰੇ ਬੰਦੇ ਜਿਹੜੇ ਨੇ ਖੱਪ ਜਾਂਦੇ ਨੇ ਕੰਮ ਸੇ ਕੰਮ ਕੁੱਤੇ ਨਾਲ, ਅਤੇ ਮਾੜਾ ਕੁੱਤਾ ਰੱਖਦਾ ਵੀ ਕੋਈ ਨਹੀਂ ਅੱਜ ਦੇ ਦੌਰ 'ਚ। ਅਤੇ ਜਾਨਵਰ ਨੂੰ ਕਮੈਂਟਸ ਜ਼ਰੂਰ ਦਿਓ ਵੀ ਜਾਨਵਰ ਕੈਸਾ, ਮਾਲਕਾਂ ਨੂੰ ਵੀ ਹੌਸਲਾ ਅਫਜ਼ਾਈ ਹੁੰਦੀ ਹੈ ਔਰ ਸ਼ੌਕ ਮਜ਼ੀਦ ਅੱਛੇ ਤਰੀਕੇ ਨਾਲ ਕਰਦੇ ਨੇ। ਅਤੇ ਕਮੈਂਟਸ ਦਿਓਗੇ ਤਾਂ ਪਤਾ ਲੱਗੇਗਾ ਕੁੱਤਾ ਕੈਸਾ ਜੀ, ਕੋਬਰਾ ਨਾ ਹੈ ਗੋਂਦਲਾਂ ਵਾਲਾ। ਅਤੇ ਕਿੰਨੇ ਮਿੰਟ ਬਾਅਦ ਕਰਕੇ ਵਧੀਆ ਸੀ ਅੱਗੇ, 6-7 ਮਿੰਟਾਂ 'ਚ ਵੱਧ ਗਿਆ ਸੀ ਪਿਛਲੀ ਦਫ਼ਾ, ਕਿ ਨਾਲ ਅਤੀਸ਼ਾ ਵਾਲੇ ਨਾਲ, ਅਤੀਸ਼ਾ ਵਾਲੇ ਜਨਾਬ ਪੱਪੂ ਕੁੱਤੇ ਨਾਲ। ਕਿਹੜੀ ਜਗ੍ਹਾ 'ਤੇ ਮੈਚ ਹੋਇਆ ਸੀ ਉਹ ਪਿਛਲੇ ਸਾਲ? ਨੂਰਪੁਰ ਖੁੰਡੇ, ਤੁਹਾਡਾ ਜਨਾਬ ਸ਼ਹੀਨ ਗਰੁੱਪ ਵੱਲੋਂ, ਅਤੇ ਮੇਰਾ ਤੁਹਾਨੂੰ ਯਾਦ ਆਇਆ ਹੋਵੇ ਮਕੜੇ ਨਾਲ ਮੇਰੇ ਵਾਲਾ ਲੜਿਆ ਸੀ, ਉਹ ਵੀ ਅਤੀਸ਼ਾ ਦਾ ਸੀ, ਉਹ ਵੀ ਅੱਛੇ ਉਹ ਕੁੱਤੇ ਦਾ ਬੱਚਾ ਸੀ ਉਹਨਾਂ ਦਾ, ਉਹਨਾਂ ਦੇ ਚੰਗੇ ਕੁੱਤੇ ਦਾ ਬੱਚਾ ਸੀ। ਅੱਛਾ ਉੱਥੇ ਹੀ ਤੁਹਾਡਾ ਵੀ ਲੜਿਆ? ਅੱਛਾ। ਵਾਹ ਜੀ ਵਾਹ, ਹੁਣ ਸਮਝ ਆਈ ਜਾਨਵਰ ਦੀ। ਵਾਹ ਜੀ ਵਾਹ, ਲਓ ਜੀ ਆਹ ਛੋਟੀ ਜਿਹੀ ਵੀਡੀਓ ਹੈ ਜਨਾਬ, ਪਸੰਦ ਆਵੇ ਕਮੈਂਟ 'ਚ ਜ਼ਰੂਰ ਦੱਸੋ ਜੀ ਕਿ ਗੋਂਦਲਾਂ ਦਾ ਸ਼ੌਕ ਸ਼ਿਕਾਰ ਕੈਸਾ ਜੀ ਔਰ ਕੋਬਰਾ ਜਾਨਵਰ ਕੈਸਾ ਹੈ। ਬਾਕੀ ਗਰਾਊਂਡ 'ਚ ਪਤਾ ਲੱਗੇਗਾ ਦੂਸਰੇ ਮੈਚ ਵਾਸਤੇ ਹਾਜ਼ਰ ਹੈ, ਅਤੇ ਅਗਲੀ ਵੀਡੀਓ ਨੂੰ ਅਸੀਂ ਫਿਰ ਹਾਜ਼ਰ ਹੋਵਾਂਗੇ ਜੀ। ਅਤੇ ਛੋਟੀ ਜਿਹੀ ਮੇਰੀ ਰਿਕੁਐਸਟ ਹੁੰਦੀ ਹੈ ਹਰ ਵੀਡੀਓ 'ਚ, ਜਿਹੜੇ ਭਰਾ ਵੀਡੀਓ ਨੂੰ ਵੇਖ ਲੈਂਦੇ ਨੇ ਗੁਜ਼ਰ ਜਾਂਦੇ ਨੇ ਵਿੱਚੋਂ, ਲੇਕਿਨ ਸਬਸਕ੍ਰਾਈਬ ਕਰਨ ਤੋਂ ਬਗੈਰ, ਅੱਛੇ ਜਾਨਵਰ ਤੁਸੀਂ ਦੇਖਣੇ ਨੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਨੋਟੀਫਿਕੇਸ਼ਨ ਦੀ ਸੂਰਤ 'ਚ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ। ਲਓ ਜੀ, ਅੱਲਾ ਹਾਫਿਜ਼।